ਸਵਾਰ ਨੌਜਵਾਨ ਦੀ ਗੁੰਡਾਗਰਦੀ, ਇੱਟਾਂ ਮਾਰ ਮਾਰ ਤੋੜ ਦਿੱਤੇ ਕਾਰ ਦੇ ਸ਼ੀਸ਼ੇ, ਕਾਰ ਸਵਾਰ ਨੌਜਵਾਨ ਦੀ ਵੀ ਕੀਤੀ ਗਈ ਕੁੱਟਮਾਰ। ਨਜ਼ਦੀਕ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਬੁਲਟ ਮੋਟਰਸਾਈਕਲ ਤੇ ਆਏ ਤਿੰਨ ਨੌਜਵਾਨਾਂ ਵੱਲੋਂ ਸੜਕ ਤੇ ਖੜੀ ਕਾਰ ਦਾ ਸ਼ੀਸ਼ਾ ਤੋੜਿਆ ਗਿਆ ਤੇ ਦੁਕਾਨ ਦੇ ਬਾਹਰ ਪਈਆਂ ਸੀਮੈਂਟ ਵਾਲੀਆਂ ਇੱਟਾਂ ਚੱਕ ਕੇ ਇਹਨਾਂ ਵੱਲੋਂ ਕਾਰ ਦੇ ਸ਼ੀਸ਼ੇ ਤੋੜੇ ਗਏ ਨੇ। ਦੱਸਦੇ ਕਿ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਕਾਰ ਠੀਕ ਕਰਾਉਣ ਆਏ ਨੌਜਵਾਨ ਦੀ ਇਹਨਾਂ ਵੱਲੋਂ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹਨਾਂ ਨੇ ਕਾਰ ਦੇ ਸ਼ੀਸ਼ੇ ਵੀ ਤੋੜੇ ਨੇ, ਜਿਸਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਨੌਜਵਾਨ ਨੇ ਦੱਸਿਆ ਕਰੀਬ 1 ਲੱਖ ਰੁਪਏ ਦੀ ਲੁੱਟ ਇਹਨਾਂ ਵੱਲੋਂ ਕੀਤੀ ਗਈ ਹੈ, ਜੋ ਕਿ ਇਸਦੀ ਕਾਰ ਦੇ ਵਿੱਚ ਪਏ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਤਾਂ ਦੱਸਦੇ ਕਿ ਪੂਰਾ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ, ਜਿੱਥੇ ਇੱਕ ਮਾਮੂਲੀ ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਕੁਝ ਲੜਕੇ ਕੁੱਟਮਾਰ ਕਰਨ ਲੱਗੇ, ਜਿਸਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਤਿੰਨ ਮੋਟਰਸਾਈਕਲ ਸਵਾਰ ਨੌਜਵਾਨ ਆਉਂਦੇ ਨੇ ਤੇ ਇੱਟਾਂ ਮਾਰ ਕੇ ਸੜਕ ਤੇ ਖੜੀ ਕਾਰ ਦਾ ਸ਼ੀਸ਼ਾ ਤੋੜ ਦਿੰਦੇ ਨੇ। ਕੁਝ ਹੀ ਦੇਰ ਦੇ ਵਿੱਚ ਤਿੰਨੇ ਨੌਜਵਾਨ ਕਾਰ ਦਾ ਸ਼ੀਸ਼ਾ ਭੰਨ ਕੇ ਕਾਰ ਦੇ ਵਿੱਚ ਰੱਖੇ 1 ਲੱਖ ਰੁਪਏ ਦੀ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਇਹ ਨੌਜਵਾਨ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਆਪਣੀ ਕਾਰ ਠੀਕ ਕਰਵਾਉਣ ਆਇਆ ਸੀ ਤੇ ਇਸਦੀ ਵੀ ਇਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ, ਜਿਸ ਕਾਰਨ ਪੀੜਿਤ ਨੇ ਪੂਰੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਤੇ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਤਿੰਨ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਭਾਈ ਮੈਂ ਕੁਛ ਨਹੀਂ, ਸਾਈਡ ਤੇ ਖੜਾ ਸੀ, ਗੱਡੀ ਦਾ ਕੰਮ ਕਰਵਾ ਰਿਹਾ ਸੀ, ਉਧਰੋਂ ਤਿੰਨ ਮੁੰਡੇ ਆਏ ਰੋਂਗ ਸਾਈਡ ਬੁਲਟ ਤੇ ਬਿਨਾਂ ਨੰਬਰ ਪਲੇਟ ਤੋਂ, ਮੇਰੇ ਨਾਲ ਕੁੱਟਮਾਰ ਕੀਤੀ, ਗੱਡੀ ਦੇ ਸ਼ੀਸ਼ੇ ਤੋੜੇ, ਲਾਈਟਾਂ ਤੋੜੀਆਂ ਤੇ ਪੈਸੇ ਵਿੱਚ ਪਏ ਸੀ ਉਹ ਕੱਢ ਕੇ ਲੈ ਗਏ। ਕਿੰਨਾ ਕੁ ਕੈਸ਼ ਪਏ? 80 ਤੋਂ ਲੱਖ ਰੁਪਏ। ਜਿਹੜੇ ਸਮੀਰ ਮਟੂ ਆ ਜੀ, ਕਿੱਧਰ ਦੇ ਰਹਿਣ ਵਾਲੇ? ਮੈਂ ਡਮਟਾਲ ਦਾ ਰਹਿਣ ਵਾਲਾ। ਉਹ ਕਿੱਧਰ ਦੇ ਰਹਿਣ ਵਾਲੇ ਆ? ਉਹ ਜਿਹਨਾਂ ਨੇ ਹਮਲਾ ਕੀਤਾ। ਅੱਛਾ, ਤੁਸੀਂ ਪਹਿਚਾਣਦੇ ਹੋ ਉਹਨਾਂ ਨੂੰ? ਹਾਂਜੀ, ਦੋ ਮੁੰਡਿਆਂ ਨੂੰ ਪਹਿਚਾਣਦਾ, ਇੱਕ ਨੂੰ ਨਹੀਂ ਪਹਿਚਾਣਦਾ। ਕੋਈ ਪੁਰਾਣੀ ਰੰਜਿਸ਼? ਪੁਰਾਣੀ ਕੋਈ ਰੰਜਿਸ਼ ਸੀ। ਉਹਨਾਂ ਨੇ ਇੱਦਾਂ ਹੀ ਤੁਹਾਡੇ 'ਤੇ ਹਮਲਾ ਕੀਤਾ? ਹਾਂਜੀ। ਸਾਡੇ ਕੋਲ ਕੰਪਲੇਂਟ ਆਈ ਹੋਈ ਹੈ, ਜੋ ਕਿ ਸਮੀਰ ਮੱਟੂ ਡਮਟਾਲ ਦਾ ਰਹਿਣ ਦਾ ਲੜਕਾ ਹੈਗਾ, ਉਹਨੇ ਦਿੱਤੀ ਹੈਗੀ ਹੈ, ਜਿਹਨੇ ਆਪਣੀ ਕੰਪਲੇਂਟ ਵਿੱਚ ਐਲੀਗੇਸ਼ਨ ਲਗਾਇਆ ਕਿ ਕੱਲ੍ਹ ਦੁਪਹਿਰ ਦੇ 3 ਵਜੇ ਦੇ ਕਰੀਬ ਉਹ ਬਰੀਜ਼ਾ ਗੱਡੀ ਹੈਗੀ ਹੈ ਗ੍ਰੇ ਕਲਰ ਦੀ, ਜਿਹਦੇ ਵਿੱਚ ਸਵਾਰ ਹੋ ਕੇ ਪਠਾਨਕੋਟ ਸੈਲੀ ਰੋਡ 'ਤੇ ਖੜਾ ਸੀਗਾ, ਰਵੀਦਾਸ ਮੰਦਰ ਲਾਗੇ, ਅਤੇ ਤਿੰਨ ਅਣਪਛਾਤੇ ਲੜਕੇ ਜੋ ਬੁਲਟ ਨੰਬਰ ਸੀਗਾ, ਜਿਹਦਾ ਨੰਬਰ ਨਹੀਂ ਸੀਗਾ ਲੱਗਿਆ ਉਹ 'ਤੇ ਆਏ, ਅਤੇ ਤਿੰਨਾਂ ਲੜਕਿਆਂ ਨੇ ਉਹਦੀ ਜਿਹੜੀ ਗੱਡੀ ਦੀ ਭੰਨ ਤੋੜ ਕੀਤੀ ਅਤੇ ਉਹਨੂੰ ਵੀ ਕੁੱਟਿਆ ਹੈਗਾ। ਜੋ ਇਹਦੀ ਦਰਖਾਸਤ ਮੈਂ ਲੈ ਲਈ ਹੈ ਅਤੇ ਇਹਨਾਂ ਦੇ MLR ਸਾਨੂੰ ਪੇਸ਼ ਕਰ ਰਹੇ ਨੇ, ਅਤੇ ਜੋ ਇਹਦੇ ਬਿਆਨ ਬਣਦੇ ਨੇ ਅਤੇ MLR 'ਤੇ ਜੋ ਬਣਦੀ ਕਾਰਵਾਈ ਅਸੀਂ ਕਰਾਂਗੇ। ਬੁਲਟ ਸਵਾਰ ਨੌਜਵਾਨ ਦੀ ਗੁੰਡਾਗਰਦੀ, ਇੱਟਾਂ ਮਾਰ ਮਾਰ ਤੋੜ ਦਿੱਤੇ ਕਾਰ ਦੇ ਸ਼ੀਸ਼ੇ, ਕਾਰ ਸਵਾਰ ਨੌਜਵਾਨ ਦੀ ਵੀ ਕੀਤੀ ਗਈ ਕੁੱਟਮਾਰ। ਨਜ਼ਦੀਕ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਬੁਲਟ ਮੋਟਰਸਾਈਕਲ ਤੇ ਆਏ ਤਿੰਨ ਨੌਜਵਾਨਾਂ ਵੱਲੋਂ ਸੜਕ ਤੇ ਖੜੀ ਕਾਰ ਦਾ ਸ਼ੀਸ਼ਾ ਤੋੜਿਆ ਗਿਆ ਤੇ ਦੁਕਾਨ ਦੇ ਬਾਹਰ ਪਈਆਂ ਸੀਮੈਂਟ ਵਾਲੀਆਂ ਇੱਟਾਂ ਚੱਕ ਕੇ ਇਹਨਾਂ ਵੱਲੋਂ ਕਾਰ ਦੇ ਸ਼ੀਸ਼ੇ ਤੋੜੇ ਗਏ ਨੇ। ਦੱਸਦੇ ਕਿ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਕਾਰ ਠੀਕ ਕਰਾਉਣ ਆਏ ਨੌਜਵਾਨ ਦੀ ਇਹਨਾਂ ਵੱਲੋਂ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹਨਾਂ ਨੇ ਕਾਰ ਦੇ ਸ਼ੀਸ਼ੇ ਵੀ ਤੋੜੇ ਨੇ, ਜਿਸਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਨੌਜਵਾਨ ਨੇ ਦੱਸਿਆ ਕਰੀਬ 1 ਲੱਖ ਰੁਪਏ ਦੀ ਲੁੱਟ ਇਹਨਾਂ ਵੱਲੋਂ ਕੀਤੀ ਗਈ ਹੈ, ਜੋ ਕਿ ਇਸਦੀ ਕਾਰ ਦੇ ਵਿੱਚ ਪਏ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਤਾਂ ਦੱਸਦੇ ਕਿ ਪੂਰਾ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ, ਜਿੱਥੇ ਇੱਕ ਮਾਮੂਲੀ ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਕੁਝ ਲੜਕੇ ਕੁੱਟਮਾਰ ਕਰਨ ਲੱਗੇ, ਜਿਸਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਤਿੰਨ ਮੋਟਰਸਾਈਕਲ ਸਵਾਰ ਨੌਜਵਾਨ ਆਉਂਦੇ ਨੇ ਤੇ ਇੱਟਾਂ ਮਾਰ ਕੇ ਸੜਕ ਤੇ ਖੜੀ ਕਾਰ ਦਾ ਸ਼ੀਸ਼ਾ ਤੋੜ ਦਿੰਦੇ ਨੇ। ਕੁਝ ਹੀ ਦੇਰ ਦੇ ਵਿੱਚ ਤਿੰਨੇ ਨੌਜਵਾਨ ਕਾਰ ਦਾ ਸ਼ੀਸ਼ਾ ਭੰਨ ਕੇ ਕਾਰ ਦੇ ਵਿੱਚ ਰੱਖੇ 1 ਲੱਖ ਰੁਪਏ ਦੀ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਇਹ ਨੌਜਵਾਨ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਆਪਣੀ ਕਾਰ ਠੀਕ ਕਰਵਾਉਣ ਆਇਆ ਸੀ ਤੇ ਇਸਦੀ ਵੀ ਇਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ, ਜਿਸ ਕਾਰਨ ਪੀੜਿਤ ਨੇ ਪੂਰੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ
ਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਤੇ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਤਿੰਨ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਭਾਈ ਮੈਂ ਕੁਛ ਨਹੀਂ ਸਾਈਡ 'ਤੇ ਖੜ੍ਹਾ ਸੀ, ਗੱਡੀ ਦਾ ਕੰਮ ਕਰਵਾ ਰਿਹਾ ਸੀ, ਉੱਧਰੋਂ ਤਿੰਨ ਮੁੰਡੇ ਆਏ ਰੋਂਗ ਸਾਈਡ ਬੁਲਟ 'ਤੇ ਬਿਨਾਂ ਨੰਬਰ ਪਲੇਟ ਤੋਂ, ਮੇਰੇ ਨਾਲ ਕੁੱਟ ਮਾਰ ਕੀਤੀ, ਗੱਡੀ ਦੇ ਸ਼ੀਸ਼ੇ ਤੋੜੇ, ਲਾਈਟਾਂ ਤੋੜੀਆਂ ਅਤੇ ਪੈਸੇ ਵਿੱਚ ਪਏ ਸੀ ਉਹ ਕੱਢ ਕੇ ਲੈ ਗਏ। ਕਿੰਨਾ ਕੁ ਕੈਸ਼ ਪਏ? 80 ਤੋਂ ਲੱਖ ਰੁਪਈਏ। ਜਿਹੜੇ ਸਮੀਰ ਮੱਟੂ ਆ ਜੀ, ਕਿੱਧਰ ਦੇ ਰਹਿਣ ਵਾਲੇ? ਮੈਂ ਡਮਟਾਲ ਦਾ ਰਹਿਣ ਵਾਲਾ। ਉਹ ਕਿੱਧਰ ਦੇ ਰਹਿਣ ਵਾਲੇ ਆ? ਉਹ ਜਿਹਨਾਂ ਨੇ ਹਮਲਾ ਕੀਤਾ। ਅੱਛਾ, ਤੁਸੀਂ ਪਹਿਚਾਣਦੇ ਉਹਨਾਂ ਨੂੰ? ਹਾਂਜੀ, ਦੋ ਮੁੰਡਿਆਂ ਨੂੰ ਪਹਿਚਾਣਦਾ, ਇੱਕ ਨੂੰ ਨਹੀਂ ਪਹਿਚਾਣਦਾ। ਕੋਈ ਪੁਰਾਣੀ ਰੰਜਿਸ਼? ਪੁਰਾਣੀ ਕੋਈ ਰੰਜਿਸ਼ ਸੀ। ਉਹਨਾਂ ਨੇ ਇੱਦਾਂ ਹੀ ਤੁਹਾਡੇ 'ਤੇ ਹਮਲਾ ਕੀਤਾ? ਹਾਂਜੀ। ਸਾਡੇ ਕੋਲ ਕੰਪਲੇਂਟ ਆਈ ਹੋਈ ਹੈ ਜੋ ਕਿ ਸਮੀਰ ਮੱਟੂ ਡਮਟਾਲ ਦਾ ਰਹਿਣ ਦਾ ਲੜਕਾ ਹੈਗਾ, ਉਹਨੇ ਦਿੱਤੀ ਹੈਗੀ ਹੈ, ਜਿਹਨੇ ਆਪਣੀ ਕੰਪਲੇਂਟ ਵਿੱਚ ਐਲੀਗੇਸ਼ਨ ਲਗਾਇਆ ਕਿ ਕੱਲ੍ਹ ਦੁਪਹਿਰ ਦੇ 3 ਵਜੇ ਦੇ ਕਰੀਬ ਉਹ ਬਰੀਜ਼ਾ ਗੱਡੀ ਹੈਗੀ ਹੈ ਗ੍ਰੇ ਕਲਰ ਦੀ, ਜਿਹਦੇ ਵਿੱਚ ਉਹ ਸਵਾਰ ਹੋ ਕੇ ਪਠਾਨਕੋਟ ਸੈਲੀ ਰੋਡ 'ਤੇ ਖੜ੍ਹਾ ਸੀਗਾ ਰਵੀਦਾਸ ਮੰਦਰ ਲਾਗੇ, ਅਤੇ 3 ਅਣਪਛਾਤੇ ਲੜਕੇ ਜੋ ਬੁਲਟ ਨੰਬਰ ਸੀਗਾ ਜਿਹਦਾ ਨੰਬਰ ਨਹੀਂ ਸੀਗਾ ਲੱਗਿਆ ਉਹ 'ਤੇ, ਉਹ 'ਤੇ ਆਏ ਅਤੇ ਤਿੰਨਾਂ ਲੜਕਿਆਂ ਨੇ ਉਹਦੀ ਜਿਹੜੀ ਗੱਡੀ ਦੀ ਭੰਨ ਤੋੜ ਕੀਤੀ ਅਤੇ ਉਹਨੂੰ ਵੀ ਕੁੱਟਿਆ ਹੈਗਾ, ਜੋ ਇਹਦੀ ਦਰਖਾਸਤ ਆਪਾਂ ਲੈ ਲਈ ਹੈ ਅਤੇ ਇਹਨਾਂ ਦੇ MLR ਸਾਨੂੰ ਪੇਸ਼ ਕਰ ਰਹੇ ਨੇ ਅਤੇ ਜੋ ਇਹਦੇ ਬਿਆਨ ਬਣਦੇ ਨੇ ਅਤੇ MLR 'ਤੇ ਜੋ ਬਣਦੀ ਕਾਰਵਾਈ ਅਸੀਂ ਕਰਾਂਗੇ।